ਪੁਲਿਸ ਹਿਰਾਸਤ ਦੇ ਵਿੱਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਜਿੱਥੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ, ਉੱਥੇ ਹੁਣ ਉਹਨਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਦਾ ਸਹਿਯੋਗ ਵੀ ਮਿਲ ਰਿਹਾ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ SSP ਦਫ਼ਤਰ ਫਰੀਦਕੋਟ ਦੇ ਬਾਹਰ ਵੀ ਧਰਨਾ ਲਗਾਤਾਰ ਦਿੱਤਾ ਜਾ ਰਿਹਾ। ਕਾਬਲੇ ਜ਼ਿਕਰ ਹੈ ਕਿ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਹਲੇ ਤੱਕ ਨਾ ਮਿਲਣ ਕਰਕੇ ਇਸ ਵਿਰੋਧ ਦੇ ਵਿੱਚ ਕਤਲ ਕਾਂਡ ਦੇ ਵਿਰੋਧ ਨੂੰ ਲੈ ਕੇ ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲ ਕੇ ਇਹ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਮੌਜੂਦ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਪੁਲਿਸ ਤਸ਼ੱਦਦ ਦੇ ਦੌਰਾਨ ਮਾਰੇ ਗਏ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਐਕਸ਼ਨ ਕਮੇਟੀ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਰੀਦਕੋਟ ਪੁਲਿਸ ਨੇ ਬੜੀ ਦਰਿੰਦਗੀ ਦੇ ਨਾਲ ਨੌਜਵਾਨ ਦਾ ਕਤਲ ਕੀਤਾ ਅਤੇ ਲਾਸ਼ ਨੂੰ ਖੁਰਦਪੁਰਦ ਕਰ ਦਿੱਤਾ, ਜੋ ਕਿ ਹਲੇ ਤੱਕ ਮਿਲੀ ਵੀ ਨਹੀਂ। ਉਹਨਾਂ ਦਾ ਕਹਿਣਾ ਕਿ ਇਨਸਾਫ ਲਈ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈ ਰਿਹਾ ਹੈ। ਦੇਖੋ ਜੀ, ਜੋ ਲਗਾਤਾਰ 3 ਦਿਨ ਤੋਂ SSP ਦਫ਼ਤਰ ਦਾ ਘਿਰਾਓ ਕੀਤਾ ਹੋਇਆ ਤੇ ਅੱਜ ਸ਼ਹਿਰ ਫਰੀਦਕੋਟ ਦੇ ਵਿੱਚ ਇੱਕ ਮਾਰਚ ਕੱਢਿਆ ਜਾ ਰਿਹਾ, ਰੋਸ ਮਾਰਚ ਹੈ ਜਿਹੜਾ। 18 ਤਰੀਕ ਨੂੰ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਕੇ ਉਹਨੂੰ CI ਲਿਆ ਕੇ ਉਹਦੀ ਕੁੱਟਮਾਰ ਕਰਕੇ ਉਹਨੂੰ ਪੁਲਿਸ ਨੇ ਮਾਰ ਕੇ ਉਦੋਂ ਬਾਅਦ ਉਹਦੀ ਲਾਸ਼ ਨੂੰ ਜਿਹੜਾ ਨਹਿਰ 'ਚ ਸੁੱਟ ਦਿੱਤਾ ਜਾਂਦਾ ਅਤੇ ਹਾਲੇ ਤੱਕ ਲਗਾਤਾਰ 6 ਦਿਨ ਹੋ ਗਏ ਉਹਦੀ ਲਾਸ਼ ਨੂੰ ਪੁਲਿਸ ਕਹਿ ਤਾਂ ਰਹੀ ਹੈ ਕਿ ਅਸੀਂ ਭਾਲ ਰਹੇ ਹਾਂ, ਪਰ ਟਾਲ ਮਟੋਲ ਕਰ ਰਹੀ ਹੈ। ਪੁਲਿਸ ਦਾ ਇਰਾਦਾ ਇਹ ਹੈਗਾ ਕਿ ਜੇ ਲਾਸ਼ ਉਹਦੀ ਨਾ ਮਿਲੇ ਤਾਂ ਜਿਹੜਾ ਮੁਕੱਦਮਾ ਉਹਨੇ ਸਟੈਂਡ ਨਹੀਂ ਕਰਨਾ, ਮੁਕੱਦਮਾ ਉਹਨਾਂ ਮਜ਼ਬੂਤ ਨਹੀਂ ਹੋਣਾ, ਕੇਸ ਰਫਾ ਦਫਾ ਹੋ ਜੂਗਾ। ਸੋ ਇਸ ਕਰਕੇ ਪੁਲਿਸ ਜਿਹੜੀ ਸਾਰੀ ਕਹਾਣੀ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਹਾਣੀ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਜਾਗ ਰਹੇ ਨੇ। ਦਿਨੋਂ ਦਿਨ ਲੋਕਾਂ ਦਾ ਕਾਫਲਾ, ਲੋਕਾਂ ਦੇ ਇਕੱਠ ਵੱਧ ਰਹੇ ਨੇ। ਅੱਜ 3ਰਾ ਦਿਨ ਅਸੀਂ ਦੇਖਦੇ ਨੂੰ ਹੋ ਗਿਆ ਕਿ ਪਹਿਲੇ ਦਿਨ ਇਕੱਠ ਜ਼ਿਆਦਾ ਸੀ, ਦੂਜੇ ਦਿਨ ਉਦੋਂ ਜ਼ਿਆਦਾ, ਅੱਜ 3ਰਾ ਦਿਨ ਅੱਜ ਵੱਡਾ ਇਕੱਠ ਹੋਇਆ, ਆ ਸ਼ਹਿਰ ਦੇ ਵਿੱਚ ਵੱਡਾ ਮਾਰਚ ਕੱਢਿਆ ਗਿਆ। ਅਤੇ ਇਸ ਤਰ੍ਹਾਂ ਹੀ ਇਨਸਾਫ ਹੈ ਜਿਹੜਾ, ਉਹ ਮਿਲਣਾ ਉਸ ਪਰਿਵਾਰ ਨੂੰ ਮਿਲਣਾ। ਇਨਸਾਫ ਦੇ ਨਾਲ ਨਾਲ ਇੱਕ ਗੱਲ ਨੇ ਵੀ ਸਾਫ਼ ਹੋ ਜਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਪੁਲਿਸ ਵਾਲੇ ਇਸ ਤਰ੍ਹਾਂ ਦੀ ਘਿਨਾਉਣੀ ਕੋਈ ਗੰਦੀ ਹਰਕਤ ਕਰਦੇ ਆ ਤਾਂ ਉਹਨਾਂ ਨੂੰ ਵੀ ਇਹ ਕੰਨ ਹੋਣੇ ਨੇ ਕਿ ਲੋਕ ਜਾਗਦੇ ਨੇ ਤੇ ਲੋਕ ਕੱਲ ਨੂੰ ਸਾਨੂੰ ਕਟਹਿਰੇ 'ਚ ਖਿੱਚ ਲਿਆਉਣਗੇ, ਸਾਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਸਕਦੇ ਨੇ। ਉੱਧਰ ਦੂਸਰੇ ਪਾਸੇ ਨਵਜੋਤ ਕੌਰ ਲੰਬੀ ਵੀ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਨਿੱਤਰ ਕੇ ਆਈ ਹੈ ਅਤੇ ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਵਾਰ ਵਾਰ ਪੁਲਿਸ ਆਪਣੇ ਬਿਆਨ ਬਦਲ ਰਹੀ ਹੈ ਕਿਉਂਕਿ ਉਹ ਲਾਸ਼ ਨਹੀਂ ਦੇਣਾ ਚਾਹੁੰਦੀ, ਕਿਉਂਕਿ ਲਾਸ਼ ਮਿਲਣ 'ਤੇ ਪੋਸਟਮਾਰਟਮ ਕਰਕੇ ਸਭ ਪਤਾ ਚੱਲ ਜਾਵੇਗਾ ਕਿ ਆਖਿਰ ਹੋਇਆ ਕੀ ਸੀ। ਪਰ ਉੱਥੇ ਹੀ ਉਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਅਤੇ ਇਨਸਾਫ ਨਹੀਂ ਦੇਣਾ ਚਾਹੁੰਦੇ। ਦੇਖੋ ਜੀ, ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਸਾਡੇ ਪੰਜਾਬ ਦੀ ਧਰਤੀ 'ਤੇ ਕੁਛ ਹੋਇਆ ਅਤੇ ਜੇ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖੀਏ ਹਰ ਵਾਰ ਪੰਜਾਬ ਪੁਲਿਸ ਨੇ ਆਪਣੇ ਬਿਆਨ ਬਦਲੇ ਆ। ਪਹਿਲਾਂ ਕੁਛ ਹੋਰ ਬਿਆਨ ਦਿੱਤੇ ਜਾਂਦੇ ਸੀ, ਹੁਣ ਕੁਛ ਹੋਰ। ਮਤਲਬ ਇਹ ਸਾਰੇ ਕੁਛ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਪੁਲਿਸ ਨੇ ਜਾਣ ਬੁੱਝ ਕੇ ਲਾਸ਼ ਨੂੰ ਖੁਰਦਬੁਰਦ ਕੀਤਾ ਅਤੇ ਲਾਸ਼ ਦੇਣਾ ਨਹੀਂ ਚਾਹੁੰਦੀ ਪੁਲਿਸ। ਜੇ ਅੱਜ ਲਾਸ਼ ਮਿਲਦੀ ਹੈ ਤਾਂ ਉਹ ਜਦੋਂ ਪੋਸਟਮਾਰਟਮ ਹੋਏਗਾ ਸਭ ਕੁਛ ਜ਼ਾਹਰ ਹੋਏਗਾ, ਉਹ ਚਾਹੁੰਦੇ ਆ ਕਿ ਲਾਸ਼ ਨਾ ਮਿਲੇ। ਪਰ ਬੜਾ ਦੁੱਖ ਹੋ ਰਿਹਾ ਕਿ ਅੱਜ ਸਾਡੀ ਸਰਕਾਰ, ਸਾਡਾ ਪ੍ਰਸ਼ਾਸਨ ਅੱਜ ਕੁੰਭ ਕਰਨ ਵਾਲੀ ਨੀਂਦ ਸੁੱਤੀ ਪਈ ਹੈ। ਉਸਤਾਨਾ ਸ਼ਾਹ ਸਰਕਾਰ ਬਣ ਚੁੱਕੀ ਅੱਜ ਸਾਡੀ ਅਤੇ ਉਹ ਜਸਪਾਲ ਦੀ ਮਾਤਾ ਦੀਆਂ ਜਿਹੜੀਆਂ ਚੀਕਾਂ ਨੇ, ਉਹਨਾਂ ਦੇ ਪਰਿਵਾਰ ਦੀਆਂ ਜੋ ਚੀਕਾਂ ਨੇ, ਇਹ ਸਰਕਾਰ ਦੇ ਕੰਨਾਂ ਦੇ ਵਿੱਚ ਨਹੀਂ ਪੈ ਰਹੀਆਂ। ਜਿੱਥੇ ਮ੍ਰਿਤਕ ਨੂੰ ਇਨਸਾਫ ਦਿਵਾਉਣ ਦੇ ਲਈ ਪਰਿਵਾਰਕ ਮੈਂਬਰਾਂ ਵੱਲੋਂ ਜਿੱਦੋ ਜਹਿਦ ਜਾਰੀ ਹੈ, ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਇਸ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ, ਸੁਖਪਾਲ ਖਹਿਰਾ ਵੱਲੋਂ ਵੀ ਜਾ ਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਉਹਨਾਂ ਦਾ ਦੁੱਖ ਸਾਂਝਾ ਕੀਤਾ ਗਿਆ ਸੀ ਅਤੇ ਉਹਨਾਂ ਦਾ ਕਹਿਣਾ ਕਿ ਹਮੇਸ਼ਾ ਹੀ ਉਹਨਾਂ ਦੇ ਨਾਲ ਖੜੇ ਨੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਪੁਲਿਸ ਅਤੇ ਪ੍ਰਸ਼ਾਸਨ ਕਦੋਂ ਆਪਣੀ ਨੀਂਦ ਤੋਂ ਜਾਗਣਗੇ ਅਤੇ ਕਦੋਂ ਮ੍ਰਿਤਕ ਨੌਜਵਾਨ ਨੂੰ ਇਨਸਾਫ ਮਿਲੇਗਾ ਅਤੇ ਕਦੋਂ ਅਸਲ ਦੋਸ਼ੀਆਂ ਨੂੰ ਸਜ਼ਾ ਹੋਵੇਗੀ। ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਪੁਲਿਸ ਨੇ ਅਜਿਹਾ ਕੀਤਾ ਹੀ ਕਿਉਂ, ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਪਰ ਇੰਨਾ ਜ਼ਰੂਰ ਹੈ ਕਿ ਇਹ ਮਾਮਲਾ ਹੁਣ ਠੰਡਾ ਹੋਣ ਵਾਲਾ ਨਹੀਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ।